ਮੇਰੇ ਪਿੰਡ ਦੇ ਵਿੱਚ ਪਹਿਲਾਂ ਕਿਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਕਿਹੋ ਜਿਹਾ ਸਾਡਾ ਪਿੰਡ ਹੋਣਾ ਚਾਹੀਦਾ ਕਿ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਬੁੱਢੇ ਹੋਣ ਬਾਪੂ ਚਾਹੇ ਸ਼ੇਰਾਂ ਜਿਹੀ ਤੋਰ ਹੋਵੇ ਚਿੱਟੇ ਚਿੱਟੇ ਦਾੜਿਆਂ ਨੂੰ ਵੇਖ ਕੇ ਮੈਂ ਖੁਸ਼ ਹੋਵਾਂ ਪਾਏ ਹੋਣ ਚਾਦਰੇ ਪੱਟਾਂ ਦੇ ਉੱਤੇ ਮੋਰ ਹੋਵੇ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਕਿ ਪਿੱਪਲਾਂ ਦੀ ਛਾਂ ਥੱਲੇ ਖੁਸ਼ੀ ਵਾਲਾ ਰੰਗ ਹੋਵੇ ਹਰ ਘਰ ਚਾਵਾਂ ਨਾਲ ਚੁੱਲ੍ਹਿਆਂ 'ਚ ਅੱਗ ਪਵੇ ਪੱਕੇ ਜਿੱਥੇ ਰੋਟੀ ਸਦਾ ਬਾਪੂ ਨਾਲ ਕੋਈ ਤੰਗ ਹੋਵੇ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਕੱਚੇ ਹੋਣ ਘਰ ਭਾਵੇਂ ਪੱਕੇ ਹਾਏ ਕਰਾਰ ਹੋਣ ਵਿਹੜਿਆਂ 'ਚ ਧੁੱਪ ਰਹੇ ਸਦਾ ਹੀ ਬਹਾਰ ਆਵੇ ਸੱਸਾਂ ਨੂੰਹਾਂ ਇੱਕ ਅਤੇ ਭਾਈਆਂ 'ਚ ਪਿਆਰ ਹੋਣ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਬਲਦਾਂ ਦੀ ਧੌਣ ਉੱਤੇ ਗੱਡੇ ਜਿੱਥੇ ਜੋੜੇ ਹੋਣ ਮੱਝਾਂ ਵਾਲੀ ਢਾਬ ਕੋਲ ਪੁੱਟਿਆ ਕਹਾਰ ਹੋਵੇ ਘੁੰਮਿਆਰੀ ਨੇ ਹੈ ਚੱਕ ਉੱਤੇ ਪੱਥੇ ਜਿੱਥੇ ਤੌੜੇ ਹੋਣ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਕਿ ਖੂਹਾਂ ਦੀਆਂ ਟਿੰਡਾਂ ਵਿੱਚ ਭਰਿਆ ਹੈ ਪਾਣੀ ਹੋਵੇ ਥੱਕਿਆ ਕੋਈ ਦੂਰੋਂ ਆਵੇ ਦਮ ਲਵੇ ਖੂਹ 'ਤੇ ਆ ਕੇ ਪਿਆਰ ਨਾ ਪਿਲਾਵਾਂ ਪਾਣੀ ਜੇ ਉਹ ਮੇਰਾ ਹਾਣੀ ਹੋਵੇ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਗੁਰੂ ਘਰ ਮੰਦਰ ਚਰਚ ਮਸ਼ੀਤ ਜਿੱਥੇ ਚਾਰੇ ਹੀ ਦਸਾਵਾਂ ਹੋਣ ਇੱਕ ਹੀ ਹੈ ਰੱਬ ਸਾਡਾ ਇੱਕ ਹੀ ਜਿਸਮ ਹੈ ਇੱਕ ਹੀ ਧਰਤ ਸਾਡੀ ਫਿਰ ਇੱਕੋ ਜਿਹੀਆਂ ਰਾਹਾਂ ਹੋਣ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਕਿ ਕੁੜੀਆਂ ਦੇ ਸਿਰਾਂ ਉੱਤੇ ਖੁਸ਼ੀਆਂ ਦਾ ਤਾਜ ਹੋਵੇ ਮਾਪੇ ਜਿੰਨਾ ਦੇ ਦੇਣ ਉਹਨੇ 'ਤੇ ਸਬਰ ਕਰੋ ਪਰਮ ਦਾ ਖਿਆਲ ਇਹੀ ਨਾ ਦਾਜ ਦਾ ਰਿਵਾਜ ਹੋਵੇ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ।